टोल प्लाजा छोड़ गया जो धरना चल रहा है ये लगातार 5 साल हो चले हैं। 5 साल दे विच सानू कोई कारगुजारी नहीं इत्थे दिखी जो कि असी दा लोकल जिहड़े दूर दे बंदे बैठे ने बेचारे बठिंडा संगरूर ਉਹ ਫਾਜ਼ਿਲਕਾ ਤੋਂ ਕਾਲਾ ਸਿੰਘ ਬੈਠਾ ਸੀ ਇਹਨੂੰ ਮੇਰੇ ਖਿਆਲ 1.5 ਮਹੀਨੇ ਦੇ ਕਰੀਬ ਹੋ ਚੱਲਿਆ ਇੱਥੇ ਹੀ ਬੈਠੇ ਨੂੰ ਇਹ ਵੀ ਆਪਣੇ ਘਰ ਜਾਣਾ ਚਾਹੁੰਦਾ ਵਿਚਾਰਾ ਕੀ ਕਰੀਏ ਮੁਸੀਬਤ ਇਹੋ ਜਿਹੀ ਆ ਜਿਹੜੀ ਇਹ ਸਾਡੀ ਹੱਲ ਨਹੀਂ ਹੋ ਰਹੀ ਅਤੇ ਅੱਜ ਜਿੰਨੇ ਵੀ ਇੱਥੇ ਰਿਟਾਇਰਡ ਇਕੱਠੇ ਹੋਏ ਆ ਜਵਾਨ ਉਹਨਾਂ ਨੇ ਮਤਾ ਪਾਸ ਕੀਤਾ ਹੈ ਸੰਘਰਸ਼ ਕਮੇਟੀ ਚੁਣੀ ਗਈ ਆ ਉਹ ਸੰਘਰਸ਼ ਕਮੇਟੀ 16 ਤਰੀਕ ਨੂੰ ਦਿਨ ਐਤਵਾਰ ਨੂੰ ਸਾਰੇ ਟੋਲ ਬਲਾਜੇ ਦੇ ਜੋ ਰਿਟਾਇਰਡ ਜਵਾਨ ਹਨ ਅਤੇ ਮੌਜੂਦਾ ਡਿਊਟੀ ਦਰਾਨ ਹਨ ਉਹ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟੋਲ ਬਲਾਜਾ ਸੋਲਗੀਆਂ ਦੇ 16 ਤਰੀਕ ਨੂੰ 11 ਵਜੇ ਪਹੁੰਚਣ ਦੀ ਬੇਨਤੀ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।